ਸਾਰੇ ਈਵਰਜ਼ ਨੂੰ ਮੇਰਾ ਨਮਸਕਾਰ ਅੱਜ ਦਾ ਟਾਪਿਕ ਹੈ ਹਾਊ ਟੂ ਸੋਲਵ ਸਿੰਪਲ ਇਕੁਏਸ਼ਨਸ ਜਿਹੜੇ ਸਿੰਪਲ ਜਿਹੜੇ ਸਮੀਕਰਨ ਹੁੰਦੇ ਆਪਾਂ ਉਹਨਾਂ ਨੂੰ ਕਿਸ ਤਰ੍ਹਾਂ ਸੋਲਵ ਕਰਦੇ ਆ ਇਹਦੇ ਵਿੱਚ ਤਿੰਨ ਮੈਥਡ ਹੈ ਇਕੁਏਸ਼ਨਸ ਨੂੰ ਸੋਲਵ ਕਰਨ ਦੇ ਟ੍ਰਾਇਲ ਐਂਡ ਐਰਰ ਮੈਥਡ ਸਿਸਟੈਮੈਟਿਕ ਮੈਥਡ ਟ੍ਰਾਂਸਪੋਜੀਸ਼ਨ ਮੈਥਡ ਮੈਂ ਇਸ ਮੈਥਡ ਨੂੰ ਐਕਸਪਲੇਨ ਦੁਬਾਰਾ ਕਰਨਾ ਚਾਹੁੰਦਾ ਇਹ ਮੈਥਡ ਮੈਂ ਵੀਡੀਓ ਨੰਬਰ 159 ਅਲਜਬਰਾ ਇਹ ਚੈਪਟਰ ਨੰਬਰ ਹੈਗਾ 7 ਉੱਥੇ ਐਕਸਪਲੇਨ ਕੀਤੇ ਆ ਆ ਚੈਨਲ ਜੁਪਿੰਦਰ ਸੋਹਲ ਸਬਸਕ੍ਰਾਈਬ ਕਰਕੇ ਤੁਸੀਂ ਇਹ ਵੀਡੀਓ ਦੇਖ ਸਕਦੇ ਹੋ ਲੋ ਦੇਖੀ ਕਿਸ ਤਰ੍ਹਾਂ ਕਰਨਾ ਹੁਣ ਮੈਂ ਥੋੜਾ ਜ਼ਿਆਦਾ ਡਿਟੇਲ ਨਾਲ ਤੁਹਾਨੂੰ ਦੱਸਣਾ ਚਾਹਨਾ ਪਹਿਲਾਂ ਸਟਰਕਚਰ ਦੇਖ ਲਈ ਇਕੁਏਸ਼ਨ ਦੀ ਕੀ ਹੈ 3x 7 13 ਮੈਂ ਲਿਖਿਆ ਹੋਇਆ ਜਿਹੜੇ ਇਕੁਅਲ ਟੂ ਦੇ ਲੈਫਟ ਹੈਂਡ ਸਾਈਡ ਤੇ ਜਿੰਨੇ ਵੀ ਵੈਲਿਊਜ਼ ਹੈਗੀਆਂ ਨੇ ਜਿੰਨੀਆਂ ਵੀ ਟਰਮਸ ਹੈਗੀਆਂ ਨੇ ਉਹ ਉਹ ਹੈ ਲੈਫਟ ਹੈਂਡ ਸਾਈਡ a ਇਕੁਅਲ ਟੂ a ਇਕੁਅਲ ਟੂ ਦਾ ਸਾਈਨ ਹੈਗਾ ਇਧਰ ਜਿੰਨੀਆਂ ਟਰਮਸ ਹੋਣਗੀਆਂ दैट इज ਰਾਈਟ ਹੈਂਡ ਸਾਈਡ ਟੋਟਲ ਲੈਡੀਆਂ ਆ ਸਾਈਨ ਇਕੁਅਲ ਟੂ ਦਾ ਹੁਣ x ਦੇ ਨਾਲ ਜਿਹੜਾ 3 ਹੈ ਉਹ ਇਹਦਾ ਕੋਫੀਸ਼ੀਐਂਟ ਆ x ਵੇਰੀਏਬਲ x y p q r ਜੋ ਵੀ ਸਮਾਲ ਲੈਟਰਸ ਦੇ ਵਿੱਚ ਹੁੰਦੇ ਉਹ ਸਾਰੇ ਕੀ ਹੈ ਵੇਰੀਏਬਲਸ ਕਿਉਂ ਵੇਰੀਏਬਲ ਨਾਈਜ਼ ਕਰਕੇ ਰੱਖਿਆ ਨਾ ਕਿਉਂ ਵੀ ਵੈਲਿਊਜ਼ ਅਲੱਗ ਅਲੱਗ ਹੋਣਗੀਆਂ ਅਲਗ-ਅਲਗ ਕੁਐਸਚਨਸ ਦੇ ਵਿੱਚ ਅਲਗ-ਅਲਗ ਵੈਲਿਊਜ਼ ਆਉਣਗੀਆਂ ਇੱਕ ਕੁਐਸਚਨ ਚ ਤਾਂ ਇੱਕੋ ਹੀ ਵੈਲਿਊ ਆਏਗੀ ਲੇਕਿਨ ਅਲਗ-ਅਲਗ ਕੁਐਸਚਨ ਚ ਅਲਗ-ਅਲਗ ਵੈਲਿਊਜ਼ ਆਉਂਦੀਆਂ ਨੇ ਇਸ ਕਰਕੇ ਇਹਨਾਂ ਦਾ ਨਾਮ ਵੇਰੀਏਬਲ ਰੱਖਤਾ ਕਨਸਟੈਂਟ ਆ 3 7 13 ਜਿੰਨੀ ਗਿਣਤੀ ਚੱਲਦੀ ਆਪਣੀ ਕਾਊਂਟਿੰਗ ਉਹ ਸਾਰੇ ਕਨਸਟੈਂਟ ਹੀ ਹੁੰਦੇ ਹਨ ਹੁਣ 3 ਇਜ਼ ਦਾ ਕੋਫੀਸ਼ੀਐਂਟ ਆਫ ਐਕਸ ਐਕਸ ਜਿਹੜਾ ਮਲਟੀਪਲੀਕੇਸ਼ਨ ਦਾ ਨਿਸ਼ਾਨ ਆ ਤੇ ਅਸੀਂ ਉਹਨੂੰ ਕੀ ਕਹਿੰਦੇ ਆ ਕੋਫੀਸ਼ੀਐਂਟ 3 ਦਾ ਕੋਫੀਸ਼ੀਐਂਟ ਐਕਸ ਆ ਐਕਸ ਦਾ ਕੋਫੀਸ਼ੀਐਂਟ 3 ਹੈ ਹੁਣ ਦੇਖੇ ਰੂਲ ਦੇਖ ਲਿਏ ਪਹਿਲਾਂ ਜਦੋਂ ਵੀ ਐਡੀਸ਼ਨ ਨੇ a a the sin ਜਦੋਂ ਇਹਨੂੰ ਪਾਰ ਕਰਨਾ ਹੈ ਇਹਨੂੰ ਇੱਕ ਕਿਸਮ ਦਾ ਬ੍ਰਿਜ ਸਮਝ ਲਓ ਇਹਨੂੰ ਪਾਰ ਕਰਨਾ ਤੇ ਸਾਈਨ ਬਦਲ ਜਾਣਾ ਜੇ ਪਲੱਸ ਹੈ ਤੇ ਮਾਈਨਸ ਹੋ ਜਾਣਾ ਜੇ ਮਾਈਨਸ ਹੈ ਤਾਂ ਪਲੱਸ ਹੋ ਜਾਣਾ ਇਹ ਯਾਦ ਰੱਖਣਾ ਇਧਰੋਂ ਜੇ ਇਧਰ ਪਲੱਸ ਹੈ ਤੇ ਇਧਰ ਮਾਈਨਸ ਹੋ ਜਾਏਗਾ ਜਿੱਧਰੋਂ ਮਾਈਨਸ ਹੈ ਨੂੰ ਜਾਓਗੇ ਤੇ ਇਹ ਪਲੱਸ ਹੋ ਜਾਏਗਾ ਹੁਣ ਜਿਸ ਤਰ੍ਹਾਂ ਪਲੱਸ 7 ਹੈ ਜੇ ਮੈਨੂੰ ਇਧਰੋਂ ਖੜਦਾ ਐ ਨੂੰ ਇਸ ਇਸ ਸਾਈਡ ਨੂੰ ਇਕਵਲ ਟੂ ਨੂੰ ਪਾਰ ਕਰ ਰਿਹਾ ਹੈ ਤਾਂ ਪੀ ਪਲੱਸ ਕੀ ਬਣ ਜਾਏਗਾ ਮਾਈਨਸ ਲਓ ਹੁਣ ਦੇਖਦੇ ਹਾਂ ਕੁਐਸਚਨ ਜਿੱਦਾਂ 2x 7 3, 7, न, दे 3 7 3 ਹੈ ਹੁਣ ਪਲੱਸ 7 ਨੂੰ ਮੈਂ ਇਧਰ ਲੈ ਕੇ ਜਾਣਾ ਇਹ ਪਲੱਸ ਦਾ ਨਿਸ਼ਾਨ ਹੈ ਨਾ ਸਾਈਨ ਇਹਦੇ ਅੱਗੇ ਪਲੱਸ ਦਾ ਸਾਈਨ ਹੈ ਅੱਗੇ ਦੇਖਣਾ ਇਹਦਾ ਸਾਈਨ ਕਿਹੜਾ ਲੱਗਾ ਇਹ ਮਾਈਨਸ ਬਣ ਜਾਣਾ 3 7 3 ਨੂੰ ਨਹੀਂ ਹਿਲਾਣਾ ਬੱਚੇ ਨੂੰ ਚੇਂਜ ਕਰ ਦਿੰਦੇ ਧਿਆਨ ਰੱਖਣਾ 3 7 ਹੁਣ ਤੁਸੀਂ ਇਹਨੂੰ ਮਾਈਨਸ ਕਰੋਗੇ ਤਾਂ -4 ਆ ਜਾਏਗਾ ਇਸੇ ਤਰ੍ਹਾਂ x 2x 7 3 7 ਇਧਰ ਜਾ ਕੇ ਪਲੱਸ ਬਣ ਜਾਏਗਾ 2x ਆ ਗਿਆ 3 7 10 ਅੱਜ ਮੈਂ ਸਿੰਪਲ ਐਡੀਸ਼ਨ ਸਬਟ੍ਰੈਕਸ਼ਨ ਬਾਰੇ ਦੱਸ ਰਿਹਾ ਤੁਹਾਨੂੰ ਫਿਰ ਇਹਦੀ ਬਾਅਦ ਚ ਗੱਲ ਕਰਾਂਗੇ ਦੋਨੋਂ ਆਪਾਂ ਕਿਧਰ ਮੂਵ ਕਰਨਾ ਇੱਥੋਂ ਅੱਗੇ ਆ ਗਿਆ 0 2x 7 ਹੁਣ 2x ਨੂੰ ਇਧਰ ਖੜਦੇ ਆਪਾਂ ਮੋਸਟਲੀ ਕੀ ਕਰਦੇ ਆ ਜਿਹੜੇ ਵੇਰੀਏਬਲ ਆ ਉਹਨੂੰ ਲੈਫਟ ਹੈਂਡ ਸਾਈਡ ਤੇ ਰੱਖਦੇ ਜਰਾ ਆਸਾਨ ਹੋ ਜਾਂਦਾ ਕੰਮ ਹੁਣ ਇੱਧਰ ਗਿਆ -2x 0 -2x 7 ਇੱਧਰ ਹੀ ਹੈ ਹੁਣ ਇਹ ਕਿੰਨਾ ਬਣ ਜਾਣਾ ਜਿਹਨੂੰ ਸੋਲਵ ਕਰਾਂਗੇ 0 -2x -2x 7 ਬਣ ਜਾਏਗਾ ਇਹ ਆ ਜਾਣਾ ਇੱਥੇ ਮੈਂ ਕਮਾ ਪਾ ਕੇ ਲਿਖ ਦਿੰਦਾ ਨੇ ਇਹ ਬਣ ਗਿਆ -2x 7 ਅੱਗੋਂ ਸੋਲਵ ਬਾਅਦ ਚ ਕਰਦੇ ਆਪਾਂ ਮੈਂ ਫਿਰ ਅੱਗੇ ਦੱਸਦਾ ਤੁਹਾਨੂੰ 0 -3x 4 ਹੁਣ -3x ਇੱਧਰ ਜਾ ਕੇ ਕੀ ਬਣ ਜਾਏਗਾ 3x 4 ਲਓ ਹੁਣ ਵਾਰੀ ਆ ਗਈ ਮਲਟੀਪਲੀਕੇਸ਼ਨ ਦੀ ਹੁਣ ਜਿਸ ਤਰ੍ਹਾਂ ਮਲਟੀਪਲੀਕੇਸ਼ਨ ਜੇ ਇਧਰ ਇਕੁਅਲ ਟੂ ਨੂੰ ਆਪਾਂ ਪਾਰ ਕਰਾਂਗੇ ਤਾਂ ਡਿਵੀਜ਼ਨ ਬਣ ਜਾਣੀ ਹੈ ਜੇ ਡਿਵੀਜ਼ਨ ਨੂੰ ਆਪਾਂ ਪਾਰ ਕਰਾਂਗੇ ਤੇ ਮਲਟੀਪਲੀਕੇਸ਼ਨ ਬਣ ਜਾਣੀ ਹੈ ਜੇ ਇਧਰੋਂ ਐਨੂੰ ਜਾਵਾਂਗੇ ਤੇ ਮਲਟੀਪਲੀਕੇਸ਼ਨ ਬਣ ਕੇ ਡਿਵੀਜ਼ਨ ਦੀ ਜੇ ਇਧਰੋਂ ਐਨੂੰ ਜਾਣਾ ਇਹ ਇਧਰੋਂ ਐਨੂੰ ਗਏ ਡਿਵੀਜ਼ਨ ਦੀ ਕੀ ਬਣ ਜੜੀ ਮਲਟੀਪਲੀਕੇਸ਼ਨ ਲਓ ਦੇਖੋ 2y 6 ਅਨ 2 ਇੱਧਰ ਹੈ ਮਲਟੀਪਲਾਈ 2 ਮਲਟੀਪਲਾਈਡ ਬਾਈ ਹੁੰਦਾ ਜਦੋਂ ਵਿੱਚ ਕੋਈ ਵੀ ਸਾਈਨ ਨਾ ਹੋਵੇ ਤਾਂ ਉਹਦਾ ਮਤਲਬ ਵੀ ਮਲਟੀਪਲੀਕੇਸ਼ਨ ਹੁੰਦਾ ਜੇ ਅੱਗੇ ਵੀ ਕੋਈ ਸਾਈਨ ਨਾ ਹੋਵੇ ਤਾਂ ਉਹਦਾ ਮਤਲਬ ਪਲੱਸ ਹੁੰਦਾ ਹੈ ਯਾਦ ਰੱਖਣਾ ਅਨ 2 ਇਜ਼ ਮਲਟੀਪਲਾਈਡ ਬਾਈ ਵਾਈ ਹੁਣ ਮੈਂ ਇਹਨੂੰ ਦੂਜੀ ਸਾਈਡ ਤੇ ਲੈ ਕੇ ਜਾਣਾ ਤੇ ਇਹਨੇ نیچے ਜਾਣਾ ਡਿਵੀਜ਼ਨ ਹੋਣੀ ਹੈ 6 2 ਇਹ 2 ਨੇ نیچے ਚੱਲ ਜਾਣਾ ਕਹਿਣ ਦਾ ਮਤਲਬ 6 6 ਡਿਵੀਜ਼ਨ 2 ਹੋ ਗਿਆ 6 ਇਜ਼ ਡਿਵਾਈਡਿਡ ਬਾਈ 2 ਹੁਣ ਇਹਨੂੰ ਕੱਟ ਲੋ 2 3 6 3 ਅਨਸਰ ਆ ਗਿਆ ਉਨੇ ਸੇ ਤਰ੍ਹਾਂ ਹੁਣ ਦੋ ਨੀਚੇ ਆ ਇਹ ਡਿਵਾਈਡ ਹੋ ਰਿਹਾ ਤੇ ਦੂਜੀ ਸਾਈਡ ਤੇ ਜਾ ਕੇ ਕੀ ਹੋਏਗਾ ਮਲਟੀਪਲਾਈ ਹੋਏਗਾ y ਇਸ ਡਿਵਾਈਡਡ ਬਾਈ 2 ਜੋ ਦੂਜੀ ਸਾਈਡ ਤੇ ਜਾਣਾ ਇਹ ਉੱਪਰ ਇਤਨਾ ਮਲਟੀਪਲਾਈ ਹੋ ਜਾਣਾ y ਇਸ 6 ਗੁਣਾ 2 12 ਆ ਗਿਆ ਇੱਥੇ 6 ਇਕੁਅਲ ਟੂ y 2 ਹੈ ਹੁਣ ਇਧਰੋਂ 2 ਇਧਰ ਜਾਏਗਾ ਤੇ ਮਲਟੀਪਲਾਈ ਹੋਏਗਾ b 2 ਤਾਂ 6 ਗੁਣਾ 2 ਕਿੰਨਾ ਆ ਗਿਆ y ਦੇ ਬਰਾਬਰ ਕਿਉਂਕਿ ਇਹਦਾ ਡਿਵੀਜ਼ਨ ਹੈ ਤੇ ਇਧਰ ਜਾ ਕੇ ਕੀ ਹੋ ਗਿਆ ਮਲਟੀਪਲਾਈ ਫਿਰ ਆਪਾਂ ਨੂੰ ਸਿੱਧਾ ਕਰਕੇ ਲਿਖ ਸਕਦੇ ਹਾਂ y 12 ਇੱਕ ਤਰੀਕਾ ਹੋਰ ਵੀ ਹੈ y ਨੂੰ ਆਪਾਂ ਮੋਸਟਲੀ ਲੈਫਟ ਹੈਂਡ ਸਾਈਡ ਤੇ ਰੱਖਦੇ ਤੇ ਇਦਾਂ ਵੀ ਕਰ ਸਕਦੇ ਆਦਰ y ਨੂੰ ਇੱਧਰ ਜਾਏਗਾ -y ਬਣ ਗਿਆ ਆਪ 12 ਨੂੰ ਇੱਧਰ ਕਰੋਗੇ ਤੇ -12 ਬਣ ਗਿਆ ਨਾਲ ਕੱਟ ਲਓ y 12 ਆ ਗਿਆ